TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਸੰਸਦ ਸਰਬਜੀਤ ਸਿੰਘ ਦਾ ਵੱਡਾ ਸਿਆਸੀ ਇਸ਼ਾਰਾ, ਵਿਰੋਧੀਆਂ ਲਈ ਨਵੀਂ ਮੁਸੀਬਤ ਖੜੀ, ਸੁਖਬੀਰ ਕਦੋਂ ਅਤੇ ਕਿਵੇਂ ਹੋਵੇਗਾ ਅਕਾਲ ਤਖ਼ਤ ਪੇਸ਼, ਪੰਜਾਬ ਕਾਂਗਰਸ 'ਚ ਫਿਰ ਧੜੇਬੰਦੀ ਆਈ ਸਾਹਮਣੇ, ਪੰਜਾਬ ਵਿੱਚ ਝੋਨੇ ਦੀ ਥਾਂ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਦਿੱਤੇ ਜਾਣਗੇ 17,500 ਰੁਪਏ, ਦਿੱਲੀ ਦੇ 1984 ਕਤਲੇਆਮ ਦੇ ਪੀੜਤਾਂ ਨੂੰ ਨੌਕਰੀ ਦੇਣ ਦੀ ਪ੍ਰਕਿਰਿਆ ਸ਼ੁਰੂ, ED ਵੱਲੋਂ ਕਾਂਗਰਸੀ ਵਿਧਾਇਕ ਗ੍ਰਿਫਤਾਰ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਇਹਨਾਂ 'ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ ਅਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੰਜਾਬ ਦੀ ਰਾਜਨੀਤੀ ਵਿੱਚ ਨਵੀਆਂ ਅੰਗੜਾਈਆਂ ਨੇ। ਖਡੂਰ ਸਾਹਿਬ ਤੋਂ ਚੋਣ ਜਿੱਤ ਗਏ ਸੀ ਅੰਮ੍ਰਿਤਪਾਲ ਸਿੰਘ ਅਤੇ ਇਸ ਤਰ੍ਹਾਂ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ ਸੀ ਸਰਬਜੀਤ ਸਿੰਘ ਖਾਲਸਾ ਨੇ। ਲੱਗਦਾ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਸਿਆਸੀ ਪਾਰੀ ਸ਼ੁਰੂ ਹੋਣ ਵਾਲੀ ਹੈ। ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦਾ ਪਰਿਵਾਰ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਸਕਦਾ ਹੈ। ਉਹਨਾਂ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਚੁਣੇ ਗਏ ਸੰਸਦ ਸਰਬਜੀਤ ਸਿੰਘ ਖਾਲਸਾ ਹੋਰਾਂ ਵੱਲੋਂ ਇਹ ਇਸ਼ਾਰਾ ਕਰ ਦਿੱਤਾ ਗਿਆ ਹੈ। ਅਸਲ ਦੇ ਵਿੱਚ ਸੰਗਰੂਰ ਦੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਵਿੱਚ ਉਹਨਾਂ ਦਾ ਸਨਮਾਨ ਕੀਤਾ ਗਿਆ। ਸਨਮਾਨ ਤੋਂ ਬਾਅਦ ਤਰਸੇਮ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਾਲ ਨਾਲ ਉਹ ਵਿਧਾਨ ਸਭਾ ਦੀਆਂ ਚੋਣਾਂ ਵੀ ਲੜਨਗੇ। ਹਾਲਾਂਕਿ ਪੰਜਾਬ ਦੇ ਵਿੱਚ 4 ਜ਼ਿਮਨੀ ਚੋਣਾਂ ਹੋਣ ਵਾਲੀਆਂ ਨੇ, ਭਾਵੇਂ ਕਿ ਉਹਨਾਂ ਦੀ ਤਾਰੀਖ ਹਾਲੇ ਤੈਅ ਨਹੀਂ ਕੀਤੀ ਗਈ ਪਰ ਇਹਨਾਂ ਵੱਲੋਂ ਵੀ ਹਾਲੇ ਖੁੱਲ੍ਹ ਕੇ ਉਹਨਾਂ ਦੇ ਬਾਬਤ ਹਾਮੀ ਨਹੀਂ ਭਰੀ ਗਈ। ਅੰਮ੍ਰਿਤਪਾਲ ਸਿੰਘ ਨੇ 5 ਜੁਲਾਈ ਨੂੰ ਤੁਹਾਨੂੰ ਯਾਦ ਹੋਣਾ ਕਿ ਦਿੱਲੀ ਦੇ ਵਿੱਚ ਸੰਸਦ ਵਜੋਂ ਸਹੁੰ ਚੁੱਕ ਲਈ ਸੀ ਅਤੇ ਉਹਨਾਂ ਦੇ ਵੱਲੋਂ ਆਪਣੇ ਪਰਿਵਾਰ ਦੇ ਨਾਲ ਪਾਪ ਪਿਤਾ ਅਤੇ ਚਾਚੇ ਨਾਲ ਵੀ ਲਗਭਗ 50 ਮਿੰਟ ਦੀ ਮੁਲਾਕਾਤ ਹੋਈ ਸੀ ਅਤੇ ਮੁਲਾਕਾਤ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਦੇ ਉਹ ਕਹਿੰਦੇ ਸੀ ਸਾਨੂੰ ਨਿਰਦੇਸ਼ ਦਿੱਤੇ ਗਏ ਨੇ। ਇਸ ਗੱਲ ਦਾ ਖੁਲਾਸਾ ਖੁਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਵੱਲੋਂ ਕੀਤਾ ਗਿਆ ਸੀ। ਦੂਸਰੇ ਪਾਸੇ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਨੇ ਵੀ ਇੱਕ ਨਵੀਂ ਪਾਰਟੀ ਬਣਾਉਣ ਵੱਲ ਇਸ਼ਾਰਾ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਬਾਅਦ ਉਹ ਇਹਦੇ 'ਤੇ ਆਖਰੀ ਫੈਸਲਾ ਲੈਣਗੇ। ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਆਖਿਆ ਕਿ ਜ਼ਿਮਨੀ ਚੋਣਾਂ ਇਹ ਤਾਂ ਸ਼ਾਇਦ ਫਿਲਹਾਲ ਅਸੀਂ ਨਾ ਲੜੀਏ ਪਰ ਇਹ ਵੀ ਇੱਥੇ ਦੱਸਣਾ ਬਣਦਾ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀ ਜਿਹੜੇ ਜੇਲ੍ਹ ਦੇ ਵਿੱਚ ਇਸ ਵਕਤ ਬੰਦ ਨੇ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਆਲਰੇਡੀ ਵੱਖ ਵੱਖ ਹਲਕਿਆਂ 'ਤੇ ਆਪੋ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਚੁੱਕੀ ਹੈ। ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਦੇ ਪੁੱਤਰ ਨੇ ਗਿੱਦੜਬਾਹਾ ਤੋਂ, ਇਸੇ ਤਰ੍ਹਾਂ ਦਲਜੀਤ ਸਿੰਘ ਕਲਸੀ ਦੇ ਪਰਿਵਾਰ ਵੱਲੋਂ ਡੇਰਾ ਬਾਬਾ ਨਾਨਕ ਤੋਂ ਅਤੇ ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਬੰਦ ਕੁਲਵੰਤ ਸਿੰਘ ਰਾਊਕੇ ਦੇ ਪਰਿਵਾਰ ਵੱਲੋਂ ਬਰਨਾਲਾ ਤੋਂ ਜ਼ਿਮਨੀ ਚੋਣ ਲੜਨ ਦਾ ਆਲਰੇਡੀ ਐਲਾਨ ਕੀਤਾ ਹੋਇਆ ਹੈ। ਪਰ ਇਹ ਸੁਣ ਕੇ ਤੁਹਾਨੂੰ ਹੈਰਾਨੀ ਹੋਣੀ ਹੈ ਕਿ ਉਹਨਾਂ ਵੱਲੋਂ ਐਲਾਨ ਕੀਤੇ ਜਾਣ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਹੋਣ ਦੇ ਕਾਰਨ ਉਹ ਜੇਲ੍ਹ 'ਚ ਬੰਦ ਨੇ।
ਪਰ ਇਹ ਪਰਿਵਾਰ ਦੇ ਵੱਲੋਂ ਹਾਲੇ ਤੱਕ ਉਹਨਾਂ ਦੀ ਹਮਾਇਤ ਦਾ ਐਲਾਨ ਨਹੀਂ ਕੀਤਾ ਗਿਆ। ਪਰ ਇਹਨਾਂ ਪਰਿਵਾਰਾਂ ਵੱਲੋਂ ਜਾਂ ਇਹ ਲੋਕਾਂ ਦੇ ਪਰਿਵਾਰਾਂ ਵੱਲੋਂ ਜਿਹੜੇ ਇਸ ਵਕਤ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਨੇ, ਉਹਨਾਂ ਦੇ ਵੱਲੋਂ ਆਗਾਮੀ ਚੋਣਾਂ ਲੜਨ ਦਾ ਆਲਰੇਡੀ ਐਲਾਨ ਕੀਤਾ ਹੋਇਆ। ਪਰ ਇਸ ਚੀਜ਼ ਨੂੰ ਬੜੀ ਨੇੜਿਓਂ ਨੀਝ ਨਾਲ ਹੋ ਸਕਦਾ ਕਿ ਅਕਾਲੀ ਦਲ ਵੀ ਤੱਕ ਅਤੇ ਵੇਖ ਰਿਹਾ ਹੋਵੇ। ਅਤੇ ਹੁਣ ਗੱਲ ਕਰਦੇ ਹਾਂ ਕੋਟਕਪੂਰਾ ਗੋਲੀਕਾਂਡ ਦੀ। ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਫਰੀਦਕੋਟ ਅਦਾਲਤ ਨੇ ਹਾਈ ਕੋਰਟ ਨੂੰ ਇੱਕ ਚਿੱਠੀ ਲਿਖੀ ਹੈ ਅਤੇ ਇਸ ਚਿੱਠੀ ਦੇ ਵਿੱਚ ਪੁੱਛਿਆ ਗਿਆ ਹੈ ਕਿ ਕੀ ਕੋਟਕਪੂਰਾ ਗੋਲੀਕਾਂਡ ਵੀ ਚੰਡੀਗੜ੍ਹ ਤਬਦੀਲ ਕੀਤਾ ਜਾਵੇਗਾ ਜਾਂ ਨਹੀਂ। ਦੱਸਣਾ ਬਣਦਾ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਨਾਲ ਇਹ ਜੁੜਿਆ ਹੋਇਆ ਮਾਮਲਾ। ਤੁਹਾਨੂੰ ਸ਼ਾਇਦ ਇਹ ਵੀ ਯਾਦ ਹੋਵੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਹਿਬਲ ਕਲਾਂ ਗੋਲੀਕਾਂਡ ਕੇਸ ਚੰਡੀਗੜ੍ਹ ਅਦਾਲਤ ਵਿੱਚ ਟ੍ਰਾਂਸਫਰ ਕਰ ਦਿੱਤਾ ਸੀ। ਇਸ ਸੰਬੰਧੀ ਹਾਈ ਕੋਰਟ ਦੇ ਵੱਲੋਂ ਕੇਸ ਨੂੰ ਟ੍ਰਾਂਸਫਰ ਕਰਨ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਸੀ। ਬਹਿਬਲ ਕਲਾਂ ਕੇਸ ਨੂੰ ਟ੍ਰਾਂਸਫਰ ਕਰਨ ਲਈ 31 ਮਈ ਨੂੰ ਹਾਈ ਕੋਰਟ ਨੇ ਇਹ ਨਿਰਦੇਸ਼ ਦੇ ਦਿੱਤੇ ਸੀ। ਤਤਕਾਲੀ SSP ਚਰਨਜੀਤ ਸ਼ਰਮਾ ਦੀ ਅਪੀਲ 'ਤੇ ਇਹ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। 14 ਅਕਤੂਬਰ 2015 ਨੂੰ ਕੋਟਕਪੂਰਾ ਦੇ ਵਿੱਚ ਸ਼ਾਂਤਮਈ ਸੰਗਤਾਂ ਪ੍ਰਦਰਸ਼ਨ ਕਰ ਰਹੀਆਂ ਸੀ ਅਤੇ ਪੁਲਿਸ ਨੇ ਉਹਨਾਂ ਦੇ ਉੱਤੇ ਐਕਸ਼ਨ ਲੈ ਲਿਆ ਸੀ, ਜਦਕਿ ਬਹਿਬਲ ਕਲਾਂ ਦੇ ਵਿੱਚ ਵੀ ਗੋਲੀ ਚੱਲੀ ਸੀ ਜਿਸ ਕਾਰਨ 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਸ਼ੁਰੂ ਦੇ ਵਿੱਚ ਹਾਈ ਕੋਰਟ ਨੇ ਆਦੇਸ਼ ਇਹ ਵੀ ਜਾਰੀ ਕੀਤੇ ਸੀ ਕਿ ਇਹ ਦੋਵੇਂ ਕੇਸ ਬਰਾਬਰ ਅਤੇ ਨਾਲ ਨਾਲ ਚੱਲਣਗੇ। ਪਰ ਹੁਣ ਚਰਨਜੀਤ ਸ਼ਰਮਾ ਦੇ ਵੱਲੋਂ ਹਾਈ ਕੋਰਟ ਤੋਂ ਇਹ ਮਾਮਲਾ ਪੰਜਾਬ ਤੋਂ ਬਾਹਰ ਚਲਾਉਣ ਦੀ ਮੰਗ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਬਹਿਬਲ ਕਲਾਂ ਕੇਸ ਹਾਈ ਕੋਰਟ ਦੇ ਵਿੱਚ ਚਲਾਉਣ ਦਾ ਫੈਸਲਾ ਕਰ ਦਿੱਤਾ ਗਿਆ ਸੀ। ਇਸ ਕੇਸ ਦੀ ਚੰਡੀਗੜ੍ਹ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਇਸੇ ਲਈ ਹੁਣ ਫਰੀਦਕੋਟ ਦੀ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਹਾਈ ਕੋਰਟ ਨੂੰ ਕੋਟਕਪੂਰਾ ਗੋਲੀਕਾਂਡ ਵੀ ਕੀ ਪੰਜਾਬ ਦੇ ਵਿੱਚੋਂ ਟ੍ਰਾਂਸਫਰ ਕਰਨ ਬਾਰੇ ਅਦਾਲਤ ਦਾ ਰੁੱਖ ਹੈ ਕੋਈ ਪੁੱਛਿਆ, ਜਾਂ ਫਿਰ ਇਹ ਹੁਣ ਕੇਸ ਵੱਖਰੇ ਵੱਖ ਵੱਖ ਅਦਾਲਤਾਂ ਵਿੱਚ ਚਲਾਏ ਜਾਣਗੇ। ਹੁਣ ਗੱਲ ਕਰਦੇ ਹਾਂ ਕਿ ਸੁਖਬੀਰ ਬਾਦਲ ਤਲਬ ਤਾਂ ਕਰ ਲਏ ਗਏ ਸੀ। 15 ਤਰੀਕ ਤੋਂ ਉਹਨਾਂ ਨੂੰ ਆਖਿਆ ਸੀ ਕਿ ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਇਆ ਜਾਵੇ, ਸਪਸ਼ਟੀਕਰਨ ਦਿੱਤਾ ਜਾਵੇ ਅਤੇ ਲਿਖਤੀ ਰੂਪ ਦੇ ਵਿੱਚ ਖੁਦ ਪੇਸ਼ ਹੋ ਕੇ ਦਿੱਤਾ ਜਾਵੇ। ਹੁਣ ਇਹ ਸ਼ਿਕਾਇਤ ਦਿੱਤੀ ਸੀ ਸੁਖਬੀਰ ਬਾਦਲ ਦੇ ਨਾਲੋਂ ਟੁੱਟ ਕੇ ਗਏ ਬਾਗੀਆਂ ਦੇ ਵੱਲੋਂ। ਉਹਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਅਤੇ 5 ਸਿੰਘ ਸਾਹਿਬਾਨਾਂ ਦੇ ਵੱਲੋਂ ਉਹਨਾਂ ਨੂੰ 31 ਜੁਲਾਈ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਵਾਸਤੇ ਹੁਕਮ ਸੁਣਾਇਆ ਹੋਇਆ। ਇਸ ਹੁਕਮ ਨੂੰ ਲੈ ਕੇ ਹੁਣ ਅਕਾਲੀ ਹਲਕਿਆਂ ਦੇ ਵਿੱਚ ਚਰਚਾ ਛਿੜੀ ਹੋਈ ਹੈ। ਕੁਝ ਅਕਾਲੀ ਆਗੂਆਂ ਦਾ ਇੱਕ ਧੜਾ ਇਹ ਹੈ ਜਿਹੜਾ ਕਹਿੰਦਾ ਕਿ ਸੁਖਬੀਰ ਬਾਦਲ ਨੂੰ ਇਕੱਲਿਆਂ ਜਾਂ ਆਪਣੇ ਪਰਿਵਾਰ ਸਮੇਤ ਨਿਮਾਣੇ ਸਿੱਖ ਦੇ ਵਜੋਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਾ ਚਾਹੀਦਾ ਅਤੇ ਉੱਥੋਂ ਮਿਲਣ ਵਾਲੀ ਸਜ਼ਾ ਖਿੜੇ ਮੱਥੇ ਪਰਿਵਾਰ ਕਰ ਲੈਣੀ ਚਾਹੀਦੀ ਹੈ। ਇਹਦੀ ਚਰਚਾ ਅਕਾਲੀ ਹਲਕਿਆਂ 'ਚ ਆਮ ਲੋਕਾਂ 'ਚ ਵੀ ਹੋ ਰਹੀ ਹੈ, ਜਦੋਂ ਕਿ ਇੱਕ ਧੜਾ ਇਹ ਵੀ ਆਖ ਰਿਹਾ ਹੈ ਕਿ ਅਕਾਲੀ ਦਲ ਵੱਡੇ ਪੱਧਰ 'ਤੇ ਆਪਣੇ ਪ੍ਰਧਾਨ ਦਾ ਪਰਛਾਵਾਂ ਬਣ ਕੇ ਉਹਨਾਂ ਦੇ ਨਾਲ ਜਾਵੇ ਤਾਂ ਜੋ ਉਹਨਾਂ ਨੂੰ ਲੱਗਣ ਵਾਲੀ ਕੋਈ ਵੀ ਸਜ਼ਾ ਜਾਂ ਸੇਵਾ ਤਾਂ ਫਿਰ ਉਹਨਾਂ ਦੇ ਨਾਲ ਉਹ ਇਕੱਠੇ ਖੜ੍ਹੇ ਹੋ ਕੇ ਕਬੂਲ ਕਰ ਸਕਣ। ਇਹ ਵੀ ਪਤਾ ਲੱਗਿਆ ਕਿ ਸੁਖਬੀਰ ਬਾਦਲ ਇਸ ਵਕਤ ਵਿਦੇਸ਼ ਵਿੱਚ ਨੇ ਅਤੇ 22 ਜੁਲਾਈ ਨੂੰ ਉਹ ਵਾਪਸ ਪਰਤਣਗੇ ਅਤੇ ਉਹਦੇ ਤੋਂ ਬਾਅਦ ਉਹ ਕਿਸੇ ਦਿਨ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ ਅਤੇ ਆਪਣੀ ਸਫਾਈ ਪੇਸ਼ ਕਰ ਸਕਦੇ ਹੈ। ਹੋ ਸਕਦਾ ਕਿ ਉਦੋਂ ਤੱਕ ਉਹਨਾਂ ਦੀ ਸਫਾਈ ਵਾਲਾ ਪਰਚਾ ਲਿਖਿਆ ਜਾ ਚੁੱਕਿਆ ਹੋਵੇ। ਅਤੇ ਹੁਣ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੀ। ਕਾਂਗਰਸ ਦੇ ਵਿੱਚ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ, ਭਾਵੇਂ ਚੋਣਾਂ ਹੋਣ ਜਾਂ ਚੋਣਾਂ ਤੋਂ ਬਾਅਦ, ਕਿ ਧੜੇਬੰਦੀ ਜਾਂ ਸਫਬੰਦੀ ਨਜ਼ਰ ਨਾ ਆਈ ਹੋਵੇ। ਸਮੇਂ ਸਮੇਂ 'ਤੇ ਕਦੇ ਭੱਠਲ, ਕਦੇ ਕੈਪਟਨ, ਕਦੇ ਦੂਲੋਂ, ਕਦੇ ਸਿੱਧੂ, ਕਦੇ ਕੋਈ
ਇਹਨਾਂ ਦੇ ਧੜੇ ਸਾਹਮਣੇ ਆਉਂਦੇ ਰਹੇ ਹੈ। ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹ ਲੁਧਿਆਣਾ ਤੋਂ ਸੰਸਦ ਵੀ ਚੁਣੇ ਗਏ। ਹੁਣ ਫਿਰ ਇੱਕ ਪਾਸੇ ਰਾਜਾ ਵੜਿੰਗ ਅਤੇ ਚੰਨੀ ਬੀਤੇ ਦਿਨੀ ਜਲੰਧਰ ਦੀ ਪੱਛਮੀ ਚੋਣ ਦੇ ਵਿੱਚ ਇੱਕ ਦੂਸਰੇ ਦੇ ਆਹਮੋ ਸਾਹਮਣੇ ਨਜ਼ਰ ਆਏ ਸੀ। ਉਹਦੇ ਤੋਂ ਬਾਅਦ ਨਵੀਂ ਹੋਰ ਖਬਰ ਮਿਲ ਗਈ ਹੈ ਕਿ ਰਾਜਾ ਵੜਿੰਗ ਦੇ ਵੱਲੋਂ ਜਨਤਾ ਦੀਆਂ ਸਮੱਸਿਆਵਾਂ ਸੁਣਨ ਦੇ ਉਦੇਸ਼ ਨਾਲ ਸ਼ੁੱਕਰਵਾਰ ਵਾਲੇ ਦਿਨ ਬੱਚਤ ਭਵਨ ਦੇ ਵਿੱਚ ਆਪਣੇ ਨਵੇਂ ਦਫ਼ਤਰ 'ਚ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਦੌਰਾਨ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਕੁਲਦੀਪ ਵੈਦ, ਸਿਮਰਜੀਤ ਬੈਂਸ, ਬਲਵਿੰਦਰ ਬੈਂਸ, ਜਗਤਾਰ ਜੱਗਾ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਅਤੇ ਕੁਝ ਹੋਰ ਕਾਂਗਰਸ ਦੇ ਜੂਨੀਅਰ ਸੀਨੀਅਰ ਆਗੂ ਮੌਜੂਦ ਰਹੇ। ਪਰ ਉੱਥੇ ਹੀ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਉਹ ਕਿਤੇ ਨੇੜੇ ਤੇੜੇ ਨਜ਼ਰ ਨਹੀਂ ਆਏ, ਉਹ ਨਾਦਾਰਦ ਰਹੇ। ਕਹਿਣ ਦਾ ਭਾਵ, ਇੱਕ ਵਾਰ ਫਿਰ ਤੋਂ ਲੁਧਿਆਣੇ ਦੇ ਵਿੱਚ ਗੁੱਟਬਾਜ਼ੀ ਦੇਖਣ ਨੂੰ ਮਿਲੀ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਲੁਧਿਆਣੇ ਦੇ ਵਿੱਚੋਂ ਭਾਰਤ ਭੂਸ਼ਣ ਆਸ਼ੂ ਸੰਸਦੀ ਚੋਣ ਲੜਨਾ ਚਾਹੁੰਦੇ ਸੀ। ਇਹ ਵੀ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਇੱਕ ਦੂਸਰੇ ਦੇ ਬਹੁਤ ਦੋਸਤ ਵੀ ਸਨ। ਪਰ ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਦੋਸਤੀ ਆਪਣੀ ਥਾਂ, ਸਿਆਸੀ ਪਾਰੀ ਆਪਣੀ ਥਾਂ। ਪਰ ਉਹਨਾਂ ਨੂੰ ਟਿਕਟ ਦੇਣ ਦੀ ਬਜਾਏ ਇੱਥੋਂ ਖੁਦ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਕਾਂਗਰਸ ਨੇ ਉਤਾਰ ਦਿੱਤਾ ਸੀ। ਹੁਣ ਇਹਦੇ ਤੋਂ ਪਹਿਲਾਂ ਵੀ ਬੀਤੇ ਦਿਨੀ ਆਸ਼ੂ ਦੇ ਲੁਧਿਆਣਾ ਵਿੱਚ ਲੱਗੇ ਜਿਹੜੇ ਹੋਰਡਿੰਗ ਸਨ, ਉਹਨਾਂ ਵਿੱਚੋਂ ਰਾਜਾ ਵੜਿੰਗ ਦੀ ਫੋਟੋ ਗਾਇਬ ਸੀ, ਉਹ ਨਹੀਂ ਸੀ ਲਾਈ ਗਈ, ਜਿਸ ਦੀ ਚਰਚਾ ਵੀ ਰਾਜਨੀਤਿਕ ਗਲਿਆਰਿਆਂ ਵਿੱਚ ਕਈ ਦਿਨ ਚੱਲਦੀ ਰਹੀ। ਅਤੇ ਫਿਰ ਆਸ਼ੂ ਅਤੇ ਰਾਜਾ ਵੜਿੰਗ ਦੇ ਵਿਵਾਦ ਨੂੰ ਇਹ ਜਿਹੜੀ ਮੀਟਿੰਗ ਜੱਗ ਜ਼ਾਹਰ ਕਰ ਗਈ ਹੈ। ਇਸ ਦੌਰਾਨ ਭਾਵੇਂ ਕੁਝ ਹੋਰ ਕਾਂਗਰਸ ਦੇ ਜੂਨੀਅਰ ਸੀਨੀਅਰ ਆਗੂ ਉੱਥੇ ਮੌਜੂਦ ਸੀ, ਪਰ ਹਰ ਇੱਕ ਦੇ ਬੁੱਲਾਂ 'ਤੇ ਇਹ ਸਵਾਲ ਸੀ ਕਿ ਭਾਰਤ ਭੂਸ਼ਣ ਆਸ਼ੂ ਜਾਂ ਸੱਦੇ ਨਹੀਂ ਗਏ ਜਾਂ ਸੱਦੇ ਸੀ ਤਾਂ ਉਹ ਆਏ ਨਹੀਂ। ਹਾਲਾਂਕਿ ਰਾਜਾ ਵੜਿੰਗ ਦੇ ਉੱਤੇ ਬੀਤੇ ਦਿਨੀ ਸਵਾਲ ਵੀ ਚੁੱਕੇ ਗਏ ਸੀ ਕਿ ਜਲੰਧਰ ਦੀ ਪੱਛਮੀ ਜ਼ੋਨ ਦਾ ਜ਼ਿੰਮਾ ਕੌਣ ਲਵੇਗਾ। ਫਿਰ ਰਾਜਾ ਵੜਿੰਗ ਨੇ ਆਖਿਆ ਸੀ ਕਿ ਜਲੰਧਰ ਦੀ ਪੱਛਮੀ ਚੋਣ ਹਾਰਨ ਦੀ ਜ਼ਿੰਮੇਵਾਰੀ ਤਾਂ ਮੈਂ ਲੈਂਦਾ, ਪਰ ਜਦੋਂ ਕੋਈ ਚੋਣ ਜਿੱਤਦਾ ਉਹਦੀਆਂ ਵਧਾਈਆਂ ਅਤੇ ਉਹਦਾ ਸਿਹਰਾ ਵੀ ਜਿਹਨੂੰ ਹਾਰਦਾ ਜ਼ਿੰਮੇਵਾਰ ਬਣਾਉਂਦੇ ਹੋ ਉਹਦੇ ਸਿਰ ਬੰਨ ਦਿਆ ਕਰੋ। ਅਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜੀਆਂ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਨੇ, ਉਹਨਾਂ ਵਾਸਤੇ ਇਹ ਖਬਰ ਬਹੁਤ ਵੱਡੀ ਅਤੇ ਮਹੱਤਵਪੂਰਨ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਹੈ ਕਿ ਪੰਜਾਬ ਦੇ ਵਿੱਚੋਂ ਕਿਸਾਨ ਕਿ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹਦੀ ਖਪਤ ਘਟਾਈ ਜਾ ਸਕੇ ਅਤੇ ਉਹਦੀ ਬੱਚਤ ਕੀਤੀ ਜਾ ਸਕੇ। ਇਸ ਕਰਕੇ ਝੋਨੇ ਦੀ ਫਸਲ ਹੈ ਇਹ ਤਾਂ ਸਿੱਧ ਮਸਿੱਧੇ ਪਾਣੀ ਦੇ ਵਿੱਚ ਹੀ ਪਲਦੀ ਹੈ ਅਤੇ ਜਵਾਨ ਹੁੰਦੀ ਹੈ ਅਤੇ ਵੱਢੀ ਜਾਂਦੀ ਹੈ। ਝੋਨੇ ਦੀ ਫਸਲ ਦੀ ਕਾਸ਼ਤ ਤੋਂ ਕਿਸਾਨ ਆਪਣਾ ਮੂੰਹ ਮੋੜਨ ਅਤੇ ਪੰਜਾਬ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਡਿੱਗ ਰਿਹਾ ਉਹਨੂੰ ਰੋਕਿਆ ਜਾ ਸਕੇ, ਠੱਲਿਆ ਜਾ ਸਕੇ, ਇਸੇ ਉਦੇਸ਼ ਦੇ ਨਾਲ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਝੋਨੇ ਦੀ ਥਾਂ ਜਿਹੜੀਆਂ ਹੋਰ ਬਦਲਵੀਆਂ ਫਸਲਾਂ ਨੇ, ਜਿਹੜੇ ਕਿਸਾਨ ਉਹਨਾਂ ਫਸਲਾਂ ਦੀ ਕਾਸ਼ਤ ਕਰਨਗੇ ਉਹਨਾਂ ਨੂੰ 17,500 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਦੇ ਨਾਲ ਦੇਣ ਦਾ ਫੈਸਲਾ ਕਰ ਲਿਆ ਗਿਆ। ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ। ਉਸ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਇਸ ਮਕਸਦ ਦੇ ਵਾਸਤੇ ਵਿੱਤੀ ਸਾਲ 2024-25 ਦੇ ਵਾਸਤੇ 299 ਕਰੋੜ ਅਤੇ 87 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਝੋਨੇ ਦੇ ਬਦਲ ਲਈ ਸੋਧੇ ਹੋਏ ਫਸਲੀ ਵਿਭਿੰਨਤਾ ਪ੍ਰੋਗਰਾਮ, ਜਿਸ ਨੂੰ CDP ਕਹਿੰਦੇ ਨੇ, CDP ਦੇ ਬਾਬਤ ਵੀ ਵੇਰਵੇ ਨਸ਼ਰ ਕੀਤੇ ਗਏ। ਅਤੇ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਤਹਿਤ ਕੋਈ ਵੀ ਕਿਸਾਨ ਵੱਧ ਤੋਂ ਵੱਧ 5 ਹੈਕਟੇਅਰ ਤੱਕ ਰਕਬੇ 'ਤੇ ਇਸ ਪ੍ਰੋਗਰਾਮ ਦਾ ਲਾਭ ਲੈ ਸਕੇਗਾ।
ਅਤੇ ਉਹਨਾਂ ਨੂੰ ਇਹ ਪ੍ਰੋਤਸਾਹਨ ਰਾਸ਼ੀ ਸਿੱਧੀ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਦੋ ਬਰਾਬਰ ਕਿਸ਼ਤਾਂ ਦੇ ਰਾਹੀਂ ਭੇਜ ਦਿੱਤੀ ਜਾਏਗੀ। ਪਹਿਲੀ ਕਿਸ਼ਤ ਡਿਜੀਟਲ ਕ੍ਰੋਪ ਸਰਵੇ ਅਤੇ ਕ੍ਰਿਸ਼ੀ ਐਪ ਦੇ ਰਾਹੀਂ ਆ ਜਿਹੜੀ ਉਹ ਤਸਦੀਕ ਜਦੋਂ ਹੋ ਜਾਏਗਾ ਉਹਦੇ 'ਤੇ ਭੇਜ ਦਿੱਤੀ ਜਾਏਗੀ ਅਤੇ ਦੂਸਰੀ ਕਿਸ਼ਤ ਹੈ ਜਿਹੜੀ ਉਹ ਫਸਲ ਵੱਢਣ ਤੋਂ ਤੁਰੰਤ ਬਾਅਦ ਟ੍ਰਾਂਸਫਰ ਕਰ ਦਿੱਤੀ ਜਾਏਗੀ। ਗੁਰਮੀਤ ਸਿੰਘ ਖੋਡੀਆਂ ਨੇ ਦੱਸਿਆ ਕਿ ਪੰਜਾਬ ਨੇ ਹਰੀ ਕ੍ਰਾਂਤੀ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ, ਭਾਰਤ ਨੂੰ ਖੁਰਾਕ ਸੁਰੱਖਿਆ ਦੇ ਵਿੱਚ ਆਤਮ ਨਿਰਭਰ ਬਣਾਉਣ ਦੇ ਵਿੱਚ ਮੋਹਰੀ ਰੋਲ ਅਦਾ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਝੋਨੇ ਦੀ ਕਾਸ਼ਤ ਕਰਨ ਲਈ ਸਿੰਚਾਈ ਦੀ ਟਿਊਬਵੈੱਲਾਂ 'ਤੇ ਨਿਰਭਰਤਾ ਵਧੀ ਹੈ, ਜਿਸ ਦਾ ਨਤੀਜਾ ਇਹ ਹੋਇਆ ਕਿ ਧਰਤੀ ਹੇਠਲਾ ਪਾਣੀ ਬਹੁਤ ਹੇਠਾਂ ਚਲਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਉਹ ਕਹਿੰਦੇ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਵੇਂ ਸਿਰਿਓਂ ਉਲੀਕੇ ਗਏ ਫਸਲੀ ਵਿਭਿੰਨਤਾ ਪ੍ਰੋਗਰਾਮ ਭਾਵ CDP ਨੂੰ ਲਾਗੂ ਕੀਤਾ ਜਾਵੇ ਅਤੇ ਇਹ ਫੈਸਲਾ ਲਿਆ ਗਿਆ, ਜਿਸ ਤਹਿਤ ਪਛਾਣ ਕੀਤੇ ਗਏ ਜ਼ਿਲ੍ਹਿਆਂ ਦੇ ਪਾਣੀ ਦੀ ਕਮੀ ਵਾਲੇ ਬਲਾਕਾਂ ਨੂੰ ਤਰਜੀਹ ਦਿੱਤੀ ਜਾਏਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਿਸ਼ੇਸ਼ ਸਕੱਤਰ ਸ਼੍ਰੀ KAP ਸਿਨਹਾ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਸੌਣੀ ਸੀਜ਼ਨ 2024 ਦੇ ਦੌਰਾਨ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਤਹਿਤ ਝੋਨੇ ਦੀ ਥਾਂ ਹੋਰ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕਰਨ ਦੇ ਵਾਸਤੇ ਇੱਕ ਨਵਾਂ ਸੋਧਿਆ ਹੋਇਆ ਫਸਲੀ ਵਿਭਿੰਨਤਾ ਪ੍ਰੋਗਰਾਮ ਸ਼ੁਰੂ ਕੀਤਾ। ਉਹਨਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਦੇ ਵਾਸਤੇ ਕਿਸਾਨ ਪੰਜਾਬ ਸਰਕਾਰ ਦੇ ਪੋਰਟਲ 'ਤੇ ਔਨਲਾਈਨ ਅਪਲਾਈ ਕਰ ਸਕਦੇ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਅਤੇ ਸੁਚਾਰੂ ਢੰਗ ਦੇ ਨਾਲ ਲਾਗੂ ਕਰਨ ਲਈ ਪੰਜਾਬ ਅਤੇ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਵੀ ਕੀਤਾ ਜਾਏਗਾ ਤਾਂ ਕਿ ਕਿਸਾਨਾਂ ਨੂੰ ਝੋਨੇ ਵੱਲੋਂ ਮੋੜ ਕੇ ਹੋਰਨਾਂ ਫਸਲਾਂ ਲਈ ਪ੍ਰੇਰਿਤ ਕੀਤਾ ਜਾ ਸਕੇ। ਅਤੇ ਹੁਣ ਗੱਲ ਕਰਦੇ ਹਾਂ ਨੀਟ ਪੇਪਰ ਦੇ ਲੀਕ ਹੋਣ ਦੀ। ਇਹਦੇ ਵਿੱਚ ਨਵੇਂ ਅਤੇ ਹੈਰਾਨੀਜਨਕ ਕੁਝ ਖੁਲਾਸੇ ਹੋਏ ਨੇ। ਨੀਟ UG ਪੇਪਰ ਲੀਕ ਮਾਮਲੇ 'ਚ ਵੱਡੀ ਅਪਡੇਟ ਮਿਲੀ ਹੈ। ਬਹੁਤ ਵੱਡੀ ਖਬਰ ਏਜੰਸੀ ਹੈ PTI, ਉਹਨਾਂ ਵੱਲੋਂ ਉਹਨਾਂ ਦੇ ਹਵਾਲੇ ਨਾਲ ਹੀ ਇਹ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਕਿ CBI ਨੇ ਇਹਦਾ ਜਿਹੜਾ ਮਾਸਟਰ ਮਾਈਂਡ ਸੀ, ਇੱਕ BTECH ਗ੍ਰੈਜੂਏਟ ਅਤੇ ਦੋ MBBS ਵਿਦਿਆਰਥੀ, ਉਹ ਗ੍ਰਿਫਤਾਰ ਕੀਤੇ ਨੇ। ਜਾਣਕਾਰੀ ਇਹ ਮਿਲੀ ਹੈ ਕਿ CBI ਨੇ ਨੀਟ UG ਪੇਪਰ ਲੀਕ ਮਾਮਲੇ 'ਚ ਭਰਤਪੁਰ ਮੈਡੀਕਲ ਕਾਲਜ ਦੇ ਦੋ ਵਿਦਿਆਰਥੀਆਂ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਮੈਡੀਕਲ ਵਿਦਿਆਰਥੀਆਂ ਦੀ ਪਛਾਣ ਕੁਮਾਰ ਮੰਗਲਮ ਬਿਸ਼ਨੋਈ ਅਤੇ ਦੀਪੇਂਦਰ ਕੁਮਾਰ ਦੇ ਵਜੋਂ ਕੀਤੀ ਗਈ ਹੈ। ਤਕਨੀਕੀ ਨਿਗਰਾਨੀ ਵਿਭਾਗ ਨੇ ਦੱਸਿਆ ਕਿ ਪ੍ਰੀਖਿਆ ਵਾਲੇ ਦਿਨ ਹਜ਼ਾਰੀ ਬਾਗ ਵਿੱਚ ਉਹਨਾਂ ਦੀ ਮੌਜੂਦਗੀ ਦੀ ਪੁਸ਼ਟੀ ਹੋ ਰਹੀ ਹੈ। ਗ੍ਰਿਫਤਾਰ ਕੀਤਾ ਗਿਆ ਇੱਕ ਹੋਰ ਵਿਅਕਤੀ ਸ਼ਸ਼ੀ ਕੁਮਾਰ ਪਾਸਵਾਨ, ਉਹ ਆਲਰਾਊਂਡਰ ਦੱਸਿਆ ਜਾ ਰਿਹਾ ਜੋ ਕਿੰਗ ਪਿੰਨ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾ ਰਿਹਾ ਸੀ। ਇਹਦੇ ਨਾਲ ਹੀ ਇੱਕ ਹੋਰ ਹੈਰਾਨੀਜਨਕ ਖੁਲਾਸਾ ਇਹ ਵੀ ਹੋਇਆ ਕਿ ਨੀਟ ਪੇਪਰ ਲੀਕ ਮਾਮਲੇ 'ਚ CBI ਦੁਆਰਾ ਗ੍ਰਿਫਤਾਰ ਰਿਮਜ਼ ਦੀ ਵਿਦਿਆਰਥਣ ਸ਼ੁਰਭੀ ਕੁਮਾਰੀ MBBS 2023 ਬੈਚ, ਉਹਨੂੰ ਇਹ ਪ੍ਰਸ਼ਨ ਪੱਤਰ ਹੱਲ ਕਰਨ ਵਾਸਤੇ 10 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਇਹਦੇ ਲਈ ਜਵਾਬ ਦੇਣ ਵਾਲੇ ਗਰੋਹ ਲਈ ਉਹਨੂੰ ਡਰਾ ਧਮਕਾ ਕੇ ਉਹਦੇ ਤੋਂ ਕੰਮ ਲਿਆ ਗਿਆ ਅਤੇ ਗਰੋਹ ਮਈ ਮਹੀਨੇ ਵਿੱਚ ਉਸਨੂੰ ਕੋਡਮਾ ਲੈ ਕੇ ਗਿਆ, ਜਿੱਥੇ ਉਸਨੂੰ ਇੱਕ ਆਲੀਸ਼ਾਨ ਹੋਟਲ ਵਿੱਚ ਕੁਝ ਦਿਨਾਂ ਲਈ ਠਹਿਰਾਇਆ ਗਿਆ ਅਤੇ ਉਸਨੂੰ ਸਵਾਦਲੇ ਪਕਵਾਨ ਪਰੋਸੇ ਗਏ। ਇਹ ਤੋਂ ਬਾਅਦ ਵਿਦਿਆਰਥੀਆਂ ਨੂੰ ਨੀਟ ਪ੍ਰੀਖਿਆ ਤੋਂ ਪਹਿਲਾਂ ਹਜ਼ਾਰੀ ਬਾਗ ਲਿਜਾਇਆ ਗਿਆ, ਜਿੱਥੋਂ ਉਹਨਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਇੱਕ ਘਰ ਦੇ ਵਿੱਚ ਲਿਜਾਂਦਾ ਗਿਆ। ਉਸ ਘਰ ਦੀ ਪਛਾਣ ਛਪਾਉਣ ਵਾਸਤੇ ਕਿਤੇ ਪਤਾ ਨਾ ਲੱਗੇ ਉਹਦੇ 'ਤੇ ਅੱਖਾਂ 'ਤੇ ਪੱਟੀ ਬੰਨ੍ਹੀ ਗਈ। ਰਿਮਜ਼ ਦੇ ਡਾਇਰੈਕਟਰ ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥਣ ਨੂੰ ਦੂਸਰੀ ਮੰਜ਼ਿਲ 'ਤੇ ਪੌੜੀਆਂ ਦੇ ਰਾਹੀਂ ਲਿਜਾਇਆ ਗਿਆ। ਉੱਥੇ 10 ਕਮਰੇ ਸੀ ਅਤੇ ਇਹਨਾਂ ਸਾਰਿਆਂ ਦੇ ਵਿੱਚ ਸੁਰਭੀ ਅਤੇ ਹੋਰ ਵਿਦਿਆਰਥਣਾਂ ਨੂੰ ਰੱਖਿਆ ਗਿਆ ਸੀ।
ਵਿਦਿਆਰਥਣ ਦੇ ਦੱਸਣ ਮੁਤਾਬਕ ਜਦੋਂ ਉਸਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਤਾਂ ਉਸ ਨੂੰ ਬੰਦੂਕ ਦੀ ਨੋਕ ਤੇ ਧਮਕਾਇਆ ਗਿਆ ਕਿ ਉਹ ਪੇਪਰ ਹੱਲ ਕਰੇ। ਹਾਲਾਂਕਿ CBI ਇਸ ਨੂੰ ਬਹੁਤੀ ਗੱਲ ਤਸੱਲੀ ਬਖਸ਼ ਨਹੀਂ ਮੰਨ ਰਹੀ, ਇੱਕ ਬਹਾਨਾ ਮੰਨ ਰਹੀ ਹੈ ਕਿ ਕਿਸੇ ਤਰ੍ਹਾਂ ਗੈਂਗ ਦੇ ਕੋਲ ਪ੍ਰਸ਼ਨ ਪੱਤਰ ਪਹੁੰਚਣ ਤੋਂ ਬਾਅਦ ਉਹਨੂੰ ਹੱਲ ਕਰਨ ਲਈ ਮੌਜੂਦ ਸਾਰੇ ਵਿਦਿਆਰਥੀ ਨੂੰ ਇਹ ਅੱਗਿਓਂ ਦਿੱਤਾ ਗਿਆ ਜਿਸ ਨੂੰ ਹਰ ਕੋਈ ਆਪਣੇ ਹਿਸਾਬ ਨਾਲ ਹੱਲ ਕਰਦਾ ਹੈ, ਅਤੇ ਉਸ ਪ੍ਰਸ਼ਨ ਪੱਤਰ ਦੇ ਉੱਤਰ ਉਹਨਾਂ ਵਿਦਿਆਰਥੀਆਂ ਦੇ ਵਿੱਚ ਵੰਡ ਦਿੱਤੇ ਗਏ ਜਿਨ੍ਹਾਂ ਦੇ ਉੱਤਰ ਸਹੀ ਸਨ। ਗਰੋਹ ਦੇ ਮੈਂਬਰਾਂ ਦੇ ਨਾਲ ਇੱਥੇ ਇਮਤਿਹਾਨ ਤੋਂ ਪਹਿਲਾਂ ਰਾਤ ਭਰ ਉਹਨਾਂ ਨੂੰ ਇਹ ਪੇਪਰ ਯਾਦ ਕਰਵਾਇਆ ਗਿਆ ਅਤੇ ਸਵੇਰੇ ਉਹਨਾਂ ਸਾਰਿਆਂ ਨੇ ਇਮਤਿਹਾਨ ਦਿੱਤਾ ਅਤੇ ਨਤੀਜੇ ਸਾਰਿਆਂ ਲਈ ਹੈਰਾਨ ਕਰਨ ਵਾਲੇ ਸੀ। ਇੱਥੋਂ ਤੱਕ ਕਿ ਉਹ ਵੀ ਜਿਸ ਕੋਲ ਟੌਪ ਕਰਨ ਦੀ ਯੋਗਤਾ ਨਹੀਂ ਸੀ, ਉਹਨਾਂ ਕਿਹਾ ਕਿ ਭਾਵੇਂ CBI ਇਹਦੀ ਜਾਂਚ ਕਰ ਰਹੀ ਹੈ ਅਤੇ ਇਹ ਰੈਕਟ ਦੇਸ਼ ਭਰ ਦੇ ਵਿੱਚ ਸਰਗਰਮ ਹੈ, ਪਰ ਪ੍ਰਬੰਧਕਾਂ ਦੇ ਵੱਲੋਂ CBI ਨੂੰ ਜੋ ਵੀ ਸਹਾਇਤਾ ਦੀ ਲੋੜ ਪਈ ਉਹ ਪ੍ਰਬੰਧਕ CBI ਨੂੰ ਸਹਾਇਤਾ ਦੇਣਗੇ। ਇਸ ਗੈਂਗ ਨੇ ਇਸ ਤਰੀਕੇ ਨਾਲ ਪ੍ਰਬੰਧ ਕਹਿੰਦੇ ਕੀਤੇ ਹੋਏ ਸੀ ਕਿ ਕੋਈ ਵੀ ਵਿਦਿਆਰਥੀ ਜਿਹੜਾ ਸਵਾਲਾਂ ਦੇ ਜਵਾਬ ਦੇਣ ਵਿੱਚ ਫਸ ਜਾਂਦਾ ਸੀ, ਪ੍ਰਸ਼ਨ ਸੀ ਜਿਹੜਾ ਉਹਦਾ, ਉਹ ਅਗਲੇ ਸਾਥੀ ਨੂੰ ਭੇਜ ਦਿੱਤਾ ਜਾਂਦਾ ਸੀ। ਇਸ ਤਰ੍ਹਾਂ 10 ਪੰਨਿਆਂ ਦੇ ਪ੍ਰਸ਼ਨ ਹੱਲ ਕਰਨ ਦੇ ਵਿੱਚ ਸਾਰਿਆਂ ਦਾ ਸਹਿਯੋਗ ਲਿਆ ਗਿਆ ਅਤੇ ਉਹਨਾਂ ਨੇ ਵਧੀਆ ਤਾਲਮੇਲ ਦੇ ਨਾਲ ਸਾਰੇ ਪ੍ਰਸ਼ਨਾਂ ਦੇ 100% ਜਵਾਬ ਲਿਖ ਦਿੱਤੇ, ਜਿਸ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਦੇ ਘਰ ਭੇਜਿਆ ਗਿਆ। ਇਹਨਾਂ ਸਾਰਿਆਂ ਨੂੰ ਗਰੋਹ ਦੇ ਵੱਲੋਂ ਸਫਲ ਉਮੀਦਵਾਰਾਂ ਦੇ ਨਾਮ ਦਰਜ ਕਰਵਾਉਣ ਤੋਂ ਬਾਅਦ 10-10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਿਛਲੇ ਸਾਲ ਨੀਟ ਪ੍ਰੀਖਿਆ ਦੀ ਵਿਦਿਆਰਥਣ ਸੁਰਭੀ ਕੁਮਾਰੀ, ਜਿਸ ਨੇ ਦੱਸਿਆ ਕਿ ਉਹਨੂੰ ਕਿਵੇਂ ਅਗਵਾ ਕੀਤਾ ਗਿਆ, ਕਿਵੇਂ 10 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਅਤੇ ਕਿਵੇਂ ਬੰਦੂਕ ਦੀ ਨੋਕ 'ਤੇ ਉਹਨੂੰ ਡਰਾਇਆ ਧਮਕਾਇਆ ਗਿਆ। ਦੱਸਿਆ ਗਿਆ ਕਿ ਉਹ ਆਲ ਇੰਡੀਆ ਰੈਂਕ ਦੇ ਵਿੱਚ 56ਵੇਂ ਥਾਂ 'ਤੇ ਸੀ, ਜਿਸ ਤੋਂ ਬਾਅਦ ਉਹ ਰਿਮਜ਼ ਵਰਗੀ ਵਕਾਰੀ ਸੰਸਥਾ ਦੇ ਵਿੱਚ ਭਰਤੀ ਹੋਈ। ਅਧਿਆਪਕਾਂ ਨੇ ਦੱਸਿਆ ਕਿ ਉਹ ਬਹੁਤ ਹੁਸ਼ਿਆਰ ਅਤੇ ਕਲਾਸ ਦੇ ਵਿੱਚ ਹਮੇਸ਼ਾ ਸਰਗਰਮ ਰਹਿੰਦੀ ਸੀ। ਉਹਨੇ ਕਈ ਅਕਾਦਮਿਕ ਮਾਮਲਿਆਂ ਦੇ ਵਿੱਚ ਬਿਹਤਰ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਜਾਣਕਾਰੀ ਮਿਲੀ ਆ ਕਿ ਉਹਦੇ ਵੱਲੋਂ ਵੀ ਇਹ ਪੇਪਰ ਹੱਲ ਕਰਵਾਇਆ ਗਿਆ। ਸੋ ਹੁਣ ਗੱਲ ਕਰਦੇ ਹਾਂ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੀ। ਨਵੰਬਰ 1984 ਦੇ ਵਿੱਚ ਕਹਿਰ ਢਾ ਦਿੱਤਾ ਗਿਆ ਸੀ, ਸਿੱਖਾਂ ਨੂੰ ਲੱਭ ਲੱਭ ਕੇ ਕੋਹ ਕੋਹ ਕੇ ਟੋਹ ਟੋਹ ਕੇ ਮਾਰ ਦਿੱਤਾ ਗਿਆ ਸੀ ਅਤੇ ਇਸ ਕਤਲੇਆਮ ਨੂੰ ਹਰ ਕੋਈ ਜਦੋਂ ਸਿੱਖ ਯਾਦ ਕਰਦਾ ਤਾਂ ਉਹਦੀ ਰੂਹ ਝੰਜੋੜੀ ਜਾਂਦੀ ਹੈ। ਉਹਦੇ ਜ਼ਖਮ ਹਾਲੇ ਵੀ ਅੱਲੇ ਨੇ, ਜਿਉਂਦੇ ਤਿਉਂ ਬਰਕਰਾਰ ਨੇ। ਇਹਨਾਂ ਜ਼ਖਮਾਂ 'ਤੇ ਮੱਲਮ ਲਗਾਉਣ ਲਈ ਦਿੱਲੀ ਸਰਕਾਰ ਹੁਣ ਉਪਰਾਲੇ ਕਰ ਰਹੀ ਹੈ। ਇਹਦੇ ਤਹਿਤ 437 ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਦਿੱਲੀ ਸਰਕਾਰ ਨੌਕਰੀ ਦੇਣ ਜਾ ਰਹੀ ਹੈ। ਇਹਦੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਵਿਸ਼ੇਸ਼ ਕੈਂਪ ਵੀ ਲਗਵਾਇਆ ਗਿਆ। ਦਿੱਲੀ ਕਮੇਟੀ ਦੇ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਕੈਂਪ ਲਗਾ ਕੇ ਇਹਨਾਂ ਪਰਿਵਾਰਾਂ ਨੂੰ ਨੌਕਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਦੱਸਣਾ ਬਣਦਾ ਕਿ ਕੁਝ ਸਮਾਂ ਪਹਿਲਾਂ ਦਿੱਲੀ ਦੇ ਉਪ ਰਾਜਪਾਲ VK ਸਕਸੈਨਾ ਦੇ ਵੱਲੋਂ ਇਹਨਾਂ ਪਰਿਵਾਰਾਂ ਵਿੱਚੋਂ ਇੱਕ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਦਿੱਲੀ ਸਰਕਾਰ ਦੀ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ। ਦਿੱਲੀ ਕਮੇਟੀ ਵੱਲੋਂ ਲਗਾਏ ਗਏ ਕੈਂਪ ਦੇ ਵਿੱਚ ਦੱਸਿਆ ਗਿਆ ਕਿ ਉਹ ਫਾਰਮ ਭਰ ਕੇ ਆਪਣੇ ਇਲਾਕੇ ਦੇ SDM ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਹੈ। ਇਸ ਸੰਬੰਧੀ ਨਿਯੁਕਤੀ ਪੱਤਰ ਵੀ SDM ਹੀ ਜਾਰੀ ਕਰ ਦੇਣਗੇ। ਇਸ ਸਮੇਂ ਦਿੱਲੀ ਕਮੇਟੀ ਦੇ ਅਧਿਕਾਰੀਆਂ ਨੇ ਕਿਹਾ ਕਿ 1984 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਏਗੀ। ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਜੇਲ੍ਹ ਪਹੁੰਚਾਉਣ ਤੱਕ ਸੰਘਰਸ਼ ਵੀ ਜਾਰੀ ਰਹੇਗਾ। ਹੁਣ ਗੱਲ ਕਰਦੇ ਹਾਂ ED ਵੱਲੋਂ ਹਰਿਆਣਾ ਦਾ ਇੱਕ ਕਾਂਗਰਸੀ MLA, ਇੱਕ ਵਿਧਾਇਕ ਗ੍ਰਿਫਤਾਰ ਕਰ ਲਿਆ ਗਿਆ। ਸੋਨੀਪਤ ਜ਼ਿਲ੍ਹੇ ਦਾ ਕਾਂਗਰਸੀ ਵਿਧਾਇਕ ਹੈ ਸੁਰਿੰਦਰ ਪੰਵਾਰ, ਉਹਨੂੰ ED ਨੇ ਗ੍ਰਿਫਤਾਰ ਕਰ ਲਿਆ। ED ਦੀ ਟੀਮ ਨੇ ਸੋਨੀਪਤ ਤੋਂ ਇਸ ਕਾਂਗਰਸੀ ਵਿਧਾਇਕ ਨੂੰ ਅੰਬਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ।
ਅੰਬਾਲਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਚਨ ਮਾਹੀ ਦੀ ਅਦਾਲਤ ਨੇ 29 ਜੁਲਾਈ ਤੱਕ ਈਡੀ ਦੀ ਹਿਰਾਸਤ ਵਿੱਚ ਕਾਂਗਰਸੀ ਵਿਧਾਇਕ ਨੂੰ ਭੇਜ ਦਿੱਤਾ ਹੈ। ਇਹਦੇ ਤੋਂ ਬਾਅਦ ਈਡੀ ਉਸ ਨੂੰ ਵਾਪਸ ਗੁਰੂਗ੍ਰਾਮ ਦਫ਼ਤਰ ਵਿੱਚ ਲੈ ਗਈ। ਈਡੀ ਨੇ 14 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਮਾਨਯੋਗ ਅਦਾਲਤ ਨੇ ਸਿਰਫ 9 ਦਿਨਾਂ ਦੀ ਹਿਰਾਸਤ ਮਨਜ਼ੂਰ ਕੀਤੀ ਹੈ। ਸੁਰਿੰਦਰ ਦੀ ਇਹ ਗ੍ਰਿਫਤਾਰੀ ਦੱਸਿਆ ਜਾ ਰਿਹਾ ਕਿ ਬੀਤੀ ਦੇਰ ਰਾਤ ਕੀਤੀ ਗਈ। ਹਾਲ ਹੀ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਯਮੁਨਾ ਨਗਰ ਦੇ ਸੁਰਿੰਦਰ ਪਵਾਰ ਦੇ ਅਤੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਘਰ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਸੁਰਿੰਦਰ ਵਿਧਾਨ ਸਭਾ ਲੇਖਾ ਕਮੇਟੀ ਦੇ ਨਾਲ ਨਾਲ 21 ਜੂਨ ਨੂੰ ਗੈਰ ਕਾਨੂੰਨੀ ਮਾਈਨਿੰਗ ਦੀ ਜਾਂਚ ਲਈ ਯਮੁਨਾ ਨਗਰ ਮਾਈਨਿੰਗ ਖੇਤਰ ਦਾ ਦੌਰਾ ਕਰਨ ਗਏ ਸੀ ਅਤੇ ਉਹਨਾਂ ਨਜਾਇਜ਼ ਮਾਈਨਿੰਗ ਦੇ ਵਿਰੁੱਧ ਆਵਾਜ਼ ਉਠਾਉਣ ਦੇ ਨਾਲ ਨਾਲ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਸੀ ਅਤੇ ਉਹਨਾਂ ਦੀ ਕਾਫੀ ਆਲੋਚਨਾ ਕੀਤੀ ਸੀ। ਹਰਿਆਣਾ ਸਰਕਾਰ ਦੀ ਆਲੋਚਨਾ ਕਰਨ ਅਤੇ ਉੱਥੋਂ ਦੇ ਅਧਿਕਾਰੀਆਂ ਦੀ ਆਲੋਚਨਾ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਰਨ ਵਾਲੇ ਵਿਧਾਇਕ ਨੂੰ ਹੀ ਈਡੀ ਨੇ ਗ੍ਰਿਫਤਾਰ ਕਰ ਲਿਆ। ਹੁਣ ਗੱਲ ਕਰਦੇ ਹਾਂ, ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 5 ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਨੇ, ਕਿਉਂਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਛੜੱਪੇ ਮਾਰਦੀਆਂ ਆ ਰਹੀਆਂ ਨੇ, ਹਰ ਕੋਈ ਪਾਰਟੀ ਸਰਗਰਮ ਹੋ ਗਈ ਹੈ। ਆਮ ਆਦਮੀ ਪਾਰਟੀ ਵੀ ਪੂਰੀ ਤਾਕਤ ਝੋਕਣ ਦੀ ਫਿਰਾਕ ਵਿੱਚ ਹੈ। ਨਤੀਜੇ ਬਾਅਦ ਵਿੱਚ ਦੇਖੋ ਕੀ ਆਉਣਗੇ। ਆਮ ਆਦਮੀ ਪਾਰਟੀ ਨੇ ਪੰਚਕੂਲਾ ਦੇ ਵਿੱਚ ਇਹ 5 ਗਰੰਟੀਆਂ ਜਾਰੀ ਕਰ ਦਿੱਤੀਆਂ ਨੇ। ਇਹ ਗਰੰਟੀਆਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਸੰਜੇ ਸਿੰਘ ਨੇ ਜਾਰੀਆਂ ਕੀਤੀਆਂ ਨੇ। ਪਹਿਲੀ ਗਰੰਟੀ ਵਿੱਚ ਦਿੱਲੀ ਅਤੇ ਪੰਜਾਬ ਦੀ ਤਰਜ਼ 'ਤੇ ਬਿਜਲੀ ਦਾ ਬਿੱਲ ਮੁਆਫ ਕਰਨ ਦੀ ਗਰੰਟੀ ਹੈ। ਦੂਸਰੀ ਗਰੰਟੀ ਮੁਫਤ ਇਲਾਜ ਦੀ ਹੈ। ਤੀਸਰੀ ਚੰਗੀ ਸਿੱਖਿਆ ਦੀ ਹੈ। ਚੌਥੀ ਗਰੰਟੀ ਹਰ ਮਹੀਨੇ ਔਰਤਾਂ ਨੂੰ 1,000 ਰੁਪਏ ਦਿੱਤੇ ਜਾਣ ਦੀ ਹੈ ਅਤੇ ਜੋ ਪੰਜਾਬ ਅਤੇ ਦਿੱਲੀ ਦੀ ਤਰਜ਼ 'ਤੇ ਹੀ ਹੈ, ਪਰ ਹਾਲੇ ਪੰਜਾਬ ਦੇ ਵਿੱਚ ਇਹ ਸ਼ੁਰੂ ਨਹੀਂ ਹੋ ਸਕੀ। ਪੰਜਵੀਂ ਗਰੰਟੀ ਹੈ, ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਹੈ। ਸੁਨੀਤਾ ਕੇਜਰੀਵਾਲ ਨੇ ਭਾਸ਼ਣ ਦੇ ਵਿੱਚ ਕਿਹਾ ਕਿ ਤੁਹਾਡੇ ਪੁੱਤਰ ਨੇ ਦਿੱਲੀ ਅਤੇ ਪੰਜਾਬ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਹਰਿਆਣਾ ਵੀ ਬਦਲਿਆ ਜਾਏਗਾ। 1 ਵੀ ਸੀਟ ਭਾਜਪਾ ਨੂੰ ਮਿਲਣੀ ਨਹੀਂ ਚਾਹੀਦੀ। ਸੁਨੀਤਾ ਕੇਜਰੀਵਾਲ ਨੇ ਗਰੰਟੀਆਂ ਜਾਰੀ ਕਰਨ ਵੇਲੇ ਇਮੋਸ਼ਨ ਪੱਤਾ ਵੀ ਖੇਡਿਆ। ਆਪਣੇ ਆਪ ਨੂੰ ਉਹ ਹਰਿਆਣੇ ਦੀ ਨੂੰਹ ਕਿਹਾ ਉਹਨਾਂ ਨੇ, ਕਿਉਂਕਿ ਕੇਜਰੀਵਾਲ ਹਰਿਆਣੇ ਨਾਲ ਸੰਬੰਧਿਤ ਨੇ। ਫਿਰ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਵੀ ਨਿਸ਼ਾਨੇ ਵਿੰਨੇ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਤੁਹਾਡੇ ਲਾਲ ਨੂੰ ਜੇਲ੍ਹ ਦੇ ਵਿੱਚ ਪਾ ਕੇ ਹਰਿਆਣੇ ਨੂੰ ਲਲਕਾਰਿਆ, ਤੁਸੀਂ ਚੁੱਪ ਚਾਪ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਹੋ? ਜੇਕਰ ਕੇਜਰੀਵਾਲ ਚੋਰ ਹੈ ਤਾਂ ਦੁਨੀਆ ਦੇ ਵਿੱਚ ਕੋਈ ਇਮਾਨਦਾਰ ਨਹੀਂ। ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕੇਜਰੀਵਾਲ ਤੁਹਾਡੇ ਲਈ 5 ਗਰੰਟੀਆਂ ਭੇਜ ਰਹੇ ਨੇ। ਪਹਿਲੀ ਇਹ ਕਿ 24 ਘੰਟੇ ਘਰੇਲੂ ਬਿਜਲੀ ਮੁਫਤ ਦਿੱਤੀ ਜਾਏਗੀ, ਹਰ ਔਰਤ ਨੂੰ ਹਰ ਮਹੀਨੇ 1,000 ਰੁਪਏ ਦਿੱਤੇ ਜਾਣਗੇ ਅਤੇ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਏਗਾ। ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਜੇ ਸਿੰਘ, ਰਾਜ ਸਭਾ ਮੈਂਬਰ ਅਤੇ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਸੰਦੀਪ ਪਾਠਕ ਵੀ ਉੱਥੇ ਮੌਜੂਦ ਸੀ। ਇਹਨਾਂ ਆਗੂਆਂ ਨੇ ਉੱਥੇ ਸੰਬੋਧਨ ਵੀ ਕੀਤਾ ਅਤੇ ਸੰਬੋਧਨ ਕਰਦਿਆਂ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦੀ ਦੂਸਰੀ ਗਰੰਟੀ ਸਾਰਿਆਂ ਨੂੰ ਚੰਗਾ ਅਤੇ ਮੁਫਤ ਇਲਾਜ ਦੀ ਹੈ। ਦਿੱਲੀ ਅਤੇ ਪੰਜਾਬ ਦੇ ਵਾਂਗ ਹਰ ਪਿੰਡ ਅਤੇ ਸ਼ਹਿਰ ਦੇ ਹਰ ਮੁਹੱਲੇ 'ਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਸਾਰੇ ਸਰਕਾਰੀ ਹਸਪਤਾਲਾਂ ਦੀ ਵੀ ਕਾਇਆ ਕਲਪ ਕੀਤੀ ਜਾਏਗੀ ਅਤੇ ਨਵੇਂ ਸਰਕਾਰੀ ਹਸਪਤਾਲ ਵੀ ਬਣਾਏ ਜਾਣਗੇ। ਹਰ ਹਰਿਆਣਵੀ ਦਾ ਪੂਰਾ ਇਲਾਜ ਫਿਰ ਮੁਫਤ ਹੋਏਗਾ, ਭਾਵੇਂ ਬਿਮਾਰੀ ਛੋਟੀ ਹੋਵੇ ਜਾਂ ਵੱਡੀ। ਟੈਸਟ, ਦਵਾਈਆਂ, ਆਪਰੇਸ਼ਨ ਅਤੇ ਇਲਾਜ ਫਿਰ ਮੁਫਤ ਹੋਣਗੇ। ਸੁਨੀਤਾ ਨੇ ਕਿਹਾ ਕਿ ਆਪ ਹਰਿਆਣੇ 'ਚ ਚੰਗੀ ਅਤੇ ਸ਼ਾਨਦਾਰ ਮੁਫਤ ਸਿੱਖਿਆ ਪ੍ਰਦਾਨ ਕਰੇਗੀ। ਦਿੱਲੀ ਅਤੇ ਪੰਜਾਬ ਵਾਂਗ ਸਿੱਖਿਆ ਮਾਫੀਆ ਨੂੰ ਵੀ ਖਤਮ ਕਰਾਂਗੇ।
ਅਸੀਂ ਸਰਕਾਰੀ ਸਕੂਲਾਂ ਨੂੰ ਇੰਨੇ ਵਧੀਆ ਬਣਾਵਾਂਗੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓਗੇ। ਅਸੀਂ ਪ੍ਰਾਈਵੇਟ ਸਕੂਲਾਂ ਦੀ ਗੁੰਡਾਗਰਦੀ ਵੀ ਬੰਦ ਕਰਾਂਗੇ ਅਤੇ ਪ੍ਰਾਈਵੇਟ ਸਕੂਲਾਂ ਨੂੰ ਨਜਾਇਜ਼ ਫੀਸਾਂ ਵਧਾਉਣ ਤੋਂ ਵੀ ਰੋਕਾਂਗੇ। ਚੌਥੀ ਗਰੰਟੀ ਉਹਨਾਂ ਦਿੱਤੀ, ਉਹਨਾਂ ਕਿਹਾ ਕਿ ਹਰਿਆਣਾ ਦੀਆਂ ਮਾਵਾਂ ਭੈਣਾਂ ਧੀਆਂ ਨੂੰ ਹਰ ਮਹੀਨੇ 1,000 ਰੁਪਏ ਦਿੱਤੇ ਜਾਣਗੇ। ਦੱਸਣਾ ਬਣਦਾ ਕਿ ਹਾਲੇ ਪੰਜਾਬ ਅਤੇ ਦਿੱਲੀ ਵਿੱਚ ਭਾਵੇਂ ਸ਼ੁਰੂ ਨਹੀਂ ਕੀਤੇ ਗਏ। ਪੰਜਵੀਂ ਗਰੰਟੀ ਉਹਨਾਂ ਦੀ ਇਹ ਸੀ ਕਿ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ। ਉਹਨਾਂ ਕਿਹਾ ਕਿ ਸਿਰਫ 2 ਸਾਲਾਂ 'ਚ ਪੰਜਾਬ 'ਚ 45,000 ਸਰਕਾਰੀ ਨੌਕਰੀਆਂ ਅਤੇ 3 ਲੱਖ ਤੋਂ ਵੱਧ ਲੋਕਾਂ ਨੂੰ ਨਿੱਜੀ ਰੁਜ਼ਗਾਰ ਅਤੇ 2.5 ਲੱਖ ਸਰਕਾਰੀ ਨੌਕਰੀਆਂ ਦਿੱਲੀ 'ਚ ਅਤੇ 12 ਲੱਖ ਤੋਂ ਵੱਧ ਲੋਕਾਂ ਨੂੰ ਨਿੱਜੀ ਰੁਜ਼ਗਾਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਦੀ ਪੈਨਸ਼ਨ ਕੱਟਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ। ਪੰਜਾਬ ਦੇ ਵਿੱਚ ਵਿਧਾਇਕ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ ਪਰ 1 ਪੈਨਸ਼ਨ ਮਿਲਦੀ ਹੈ। ਪੰਜਾਬ ਵਿੱਚ 17 ਟੋਲ ਪਲਾਜ਼ੇ ਬੰਦ ਕੀਤੇ ਹੈ। ਹੁਣ ਸਾਡੀ ਸਰਕਾਰ ਕਈ ਹੋਰ ਟੋਲ ਪਲਾਜ਼ਿਆਂ 'ਤੇ ਕਹਿੰਦੇ ਕੇਸ ਦਰਜ ਕਰਨ ਵੀ ਜਾ ਰਹੀ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਟੋਲ ਬੰਦ ਹੋਣ ਨਾਲ ਪੰਜਾਬੀਆਂ ਦੇ 60 ਲੱਖ ਰੋਜ਼ਾਨਾ ਬਚ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਹਰਿਆਣੇ 'ਚ ਸਫਾਈ ਕਰਨ ਦੀ ਵਾਰੀ ਹੈ। ਅੱਧਾ ਹਰਿਆਣਾ ਦਿੱਲੀ ਅਤੇ ਅੱਧਾ ਪੰਜਾਬ ਦੇ ਨਾਲ ਟੱਚ ਹੁੰਦਾ ਹੈ। ਅਸੀਂ ਸਾਰੇ 1 ਪੱਤਣ ਤੋਂ ਪਾਣੀ ਪੀਂਦੇ ਹਾਂ। ਉਹਨਾਂ ਇਹ ਵੀ ਕਿਹਾ ਕਿ ਅਸੀਂ ਰਾਜਨੀਤੀ ਨੂੰ ਧੰਦਾ ਨਹੀਂ ਸਮਝਦੇ, ਪ੍ਰੋਫੈਸ਼ਨ ਨਹੀਂ ਪੈਸ਼ਨ ਸਮਝਦੇ ਹਾਂ। ਹਰਿਆਣੇ ਦੇ ਲੋਕਾਂ ਨੇ ਹਰ ਪਾਰਟੀ ਨੂੰ ਮੌਕਾ ਦੇ ਦਿੱਤਾ, ਹੁਣ 1 ਆਮ ਆਦਮੀ ਪਾਰਟੀ ਨੂੰ ਮੌਕਾ ਦਿਓ। ਬਾਕੀ ਪਾਰਟੀਆਂ ਜੁਮਲੇ ਮਾਰਦੀਆਂ ਨੇ ਪਰ ਕੇਜਰੀਵਾਲ ਗਰੰਟੀਆਂ ਦਿੰਦੇ ਨੇ। ਗਰੰਟੀ ਸ਼ਬਦ ਉਹ ਕਹਿੰਦੇ ਕੇਜਰੀਵਾਲ ਨੇ ਸ਼ੁਰੂ ਕੀਤਾ ਸੀ। ਭਾਜਪਾ ਪਹਿਲਾਂ ਘੋਸ਼ਣਾ ਪੱਤਰ, ਸੰਕਲਪ ਪੱਤਰ ਜਾਂ ਮੈਨੀਫੈਸਟੋ ਕਿਹਾ ਕਰਦੀ ਸੀ, ਫਿਰ ਕੇਜਰੀਵਾਲ ਦੀ ਗਰੰਟੀ ਤਰ੍ਹਾਂ ਭਾਜਪਾ ਵੀ ਹੁਣ ਗਰੰਟੀ ਕਹਿਣ ਲੱਗ ਪਈ। ਭਾਜਪਾ ਨੇ ਕਹਿੰਦੇ ਸਾਡਾ ਗਰੰਟੀ ਲਫ਼ਜ਼ ਚੋਰੀ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਇੱਕ ਹੋਰ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਤੋਂ ਯੂਪੀ ਦੇ ਬਾਰਡਰ ਤੱਕ ਆਮ ਆਦਮੀ ਪਾਰਟੀ ਦਾ ਹੀ ਰਾਜ ਹੋਵੇਗਾ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।